ਓਏ ਜੀਵੇ ਬੰਦਰਾ ਮਾਂ ਜਵਾਨੇ ਆ ਲੋ ਕਰੋ ਦੁਲਹਨ ਘਰ ਆ ਗਈ ਹੈ ਨਾ ਆ ਗਈ ਹੈ ਹਾਂ ਤੇ ਤੁਸੀਂ ਉੱਡ ਦੇ ਫੋ ਜਾਓ ਬਾਗ ਲੱਗੇ ਰਹੇ ਤੇਰੇ ਵਾਲਾ ਜੋ ਦਰਵਾਜ਼ਾ ਖੋਲ ਚਲੋ ਓਏ ਬਸ ਬੜੇ ਹੋ ਜਾ ਇਹ ਖੋਲ ਹਲੇ ਤੁਸੀਂ ਬੈਠੋ ਕਿਉਂ ਵਿੱਚ ਦਵਾ ਓਏ ਕਰੀ ਪਹਿਲੇ ਭਾਈਜਾਨ ਮੇਰਾ ਇਨਾਮ ਕਾੜ ਲਓ ਤੁਸੀਂ ਓ ਯਾਰ ਕਿਹੜਾ ਇਨਾਮ ਤੇਰਾ ਮੇਰਾ ਇਨਾਮ ਦਿਓ ਬਈ ਕਿਹੜੇ ਸਫਰ ਤੋਂ ਮੈਂ ਬਰਾਤ ਲੈ ਕੇ ਆਂਦਾ ਪਿਆ ਤੁਸੀਂ ਮੇਰਾ ਇਨਾਮ ਦਿਓ ਪਹਿਲੇ ਓ ਸ਼ਬੀਰ ਯਾਰ ਦੇ 1000 ਰੁਪਏ ਭਾਈਜਾਨ 1000 ਹਜ਼ੂਰ ਕੋਈ ਨਹੀਂ ਯਾਰ 2000 ਦੇ ਨਾ ਨਾ ਭਾਈਜਾਨ ਮੈਂ ਨਹੀਂ ਲੈਂਦਾ ਮੈਂ ਇੱਕ ਕਰ ਦੂੰਗਾ ਓਏ ਇੱਕ ਤਾਂ ਬਈ ਦਾ ਹਾਂਜੀ ਤੇ ਤੁਸੀਂ ਮੈਨੂੰ ਘਰੋਂ ਦਿੱਤੀ ਹੈ ਭਾਈਜਾਨ ਖੁਸ਼ੀ ਦਾ ਮੌਕਾ ਹੈ ਪਿਆ ਡਰਾਈਵਰ ਨੂੰ ਤੁਸੀਂ ਇਨਾਮ ਦਿਓ ਮੈਂ 5000 ਤੋਂ ਘੱਟ ਕੋਈ ਨਹੀਂ ਲਵਣੇ ਮੈਂ ਖਲੋਤਾ ਭਾਈ ਜਿੰਨਾ ਦਿੱਤੀ ਇਤਲੇ ਪੈਸੇ ਤਾਂ ਉਹਨਾਂ ਹੀ ਨਹੀਂ ਲਏ ਉਹਨਾਂ ਹੀ ਸਾਡੇ ਬਾਪ ਹੀ ਸੌ ਲਿਆ ਤੇ ਤੂੰ ਘਰੋਂ ਦਿੱਤੀ ਕਰਾ ਮੈਨੂੰ ਆ ਗੁਲਾਮ ਸ਼ਬੀਰ ਹਾਂਜੀ 3000 ਰੁਪਏ ਠੀਕ ਹੈ ਸਿਤਰਾ ਖੋਲ ਅੱਗਾ ਓਕੇ ਆਓ ਜੀ ਓ ਮਾਰ ਜਵਾਨ ਯਾ ਜੀ ਬੰਦਰਾ ਤੂੰ ਬਣਾ ਕਾਰਿਆ ਜੀ ਬੰਦਰਾ ਵੇ ਇੱਕ ਮਿੰਟ ਬੰਦ ਕਰ ਮੇਰਾ ਭਰਾ ਕਿੱਥੇ ਮੇਰਾ ਭਰਾ ਮੈਂ ਆ ਜੀ ਆ ਜੀ ਬੇਗਮ ਤੂੰ ਮੇਰੀ ਦੁਲਹਨ ਮੈਂ ਤੇਰਾ ਦੁੱਲਾ ਜ਼ਰਾ ਹੱਥ ਪਕੜਾ ਹੱਥ ਪੜ ਕੇ ਅੰਦਰ ਜਾਈਏ ਆ ਕਾਲਾ ਕਾਲਾ ਚਾਚਾ ਚੋਲ ਮੇਰੇ ਬੰਦ ਆ ਕਾ ਦੇ ਗੋਚਾ ਕਾਲਾ ਬੇਗਮ ਇਹ ਕੌਣ ਹੈ ਇਹ ਮੇਰਾ ਭਰਾ ਹੈ ਤੇ ਮੈਂ ਇਹਨੂੰ ਬੜੇ ਨਾਜ਼ਾਂ ਨਾਲ ਪਾਲਿਆ ਇਹ ਮੈਨੂੰ ਭੈਣ ਨਹੀਂ ਮੈਨੂੰ ਮਾਂ ਕਹਿੰਦਾ ਵੇ ਓ ਛੋਰਾ ਤੈਨੂੰ ਪਤਾ ਹੈ ਮੈਂ ਕੌਣ ਆ ਕੌਣ ਹੈ ਤੂੰ ਭਰਾ ਆਖਣਾ ਤੈਨੂੰ ਪਤਾ ਕੋਈ ਨਹੀਂ ਬਾਜੀ ਇਹ ਕੌਣ ਹੈ ਅੱਛਾ ਇਹ ਮੇਰਾ ਮਾਮਾ ਓ ਨਹੀਂ ਨਹੀਂ ਮੇਰਾ ਪੁੱਤਰ ਮਾਮਾ ਨਹੀਂ ਏ ਮੈਂ ਇਹਦਾ ਉਹ ਆ ਓਕੇ ਆ ਅੱਛਾ ਅੱਛਾ ਚਾਚਾ ਨਹੀਂ ਨਹੀਂ ਮੇਰਾ ਪੁੱਤਰ ਚਾਚਾ ਵੀ ਨਹੀਂ ਦਾ ਇਹਦੇ ਨਾਲ ਮੈਂ ਵਿਆਹ ਕੀਤਾ ਹੈ ਇਹ ਕੋਲਾ ਜੀ ਆਇਆ ਤੇ ਮੈਂ ਕੋੜਾ ਮੈਂ ਤੇਰਾ ਭੜੋਈਆ ਤੋ ਮੈਨੂੰ ਬਹਿਣ ਦਿੱਤੀ ਏ ਕੀ ਕਹੇ ਨੂੰ ਚੁੱਪ ਚੁੱਪ ਕਰ ਮੇਰਾ ਪੁੱਤਰ ਚੁੱਪ ਕਰ ਚੁੱਪ ਕਰ ਮੈਂ ਮੈਨੂੰ ਆ ਗਈ ਆਈ ਕਿ ਰੱਬ ਬੰਦੇ ਨੂੰ ਬਹਿਣ ਦੇ ਵੀ ਮੈਨੇ ਇਹ ਕੋਲੇ ਨੇ ਨੂੰ ਦਿੰਦੇ ਅੱਛਾ ਤਾਂ ਲੱਗ ਰਿਹਾ ਨਾ ਤੇ ਉਹ ਮੈਂ ਮੂੰਹ ਤੇ ਕੁੱਤਾ ਬੱਤੀ ਵਾਲਾ ਮੇਰੇ ਭਰਾ ਨਾਲ ਇੰਨੀ ਉੱਚੀ ਨਾ ਬੋਲ ਇਹਨੂੰ ਅਕ ਬਕਵਾਸ ਨਾ ਕਰੇ ਘਰ ਲੈ ਜਾ ਤੂੰ ਤੂੰ ਕਰ ਲੈ ਇਹਨੂੰ ਤੋਂ ਲਾ ਕੇ ਵਾ ਇਹ ਬੜੀ ਦੁੱਖ ਭਰੀ ਕਹਾਣੀ ਹੈ ਕਹਾਣੀ ਸੁਣਾ ਗੱਲ ਸੁਣ ਨਾ ਮੇਰੀ ਮਾਂ ਨਾ ਮੇਰਾ ਪਿਓ ਮੇਰਾ ਇਹ ਭਰਾ ਛੋਟਾ ਜਿੰਨਾ ਸੀ ਜਦੋਂ ਮੇਰੇ ਮਾਂ ਪਿਓ ਫੌਤ ਹੋ ਗਏ ਇਸ ਦੁਨੀਆ ਤੋਂ ਚਲੇ ਗਏ ਇੰਨਾ ਲਿੰਨਾ ਲੇਕਿਨ ਮੈਂ ਆਪਣੇ ਭਰਾ ਨੂੰ ਨਾਜ਼ਾ ਨਾਲ ਪਾਲਿਆ ਵੇ ਇਹ ਇਸੇ ਲਈ ਮੈਨੂੰ ਮਾਂ ਕਹਿੰਦਾ ਇਹ ਮੇਰੇ ਨਾਲ ਹੀ ਖਾਂਦਾ ਹੈ ਮੇਰੇ ਨਾਲ ਹੀ ਪੀਂਦਾ ਹੈ ਮੇਰੇ ਨਾਲ ਹੀ ਸੌਂਦਾ ਹੈ ਸੌਂਦਾ ਤੇਰੇ ਨਾਲ ਹਾਂਜੀ ਇਹ ਤੂੰ ਮੈਨੂੰ ਪਹਿਲੇ ਦੱਸਦੀ ਜੇ ਸਲਾਮਤੀ ਨਾਲ ਆਵਣਾ ਤੇਰੇ ਲਈ ਤੇਰੇ ਸਵਣਾ ਸੁਣ ਬੇਗਮ ਸਾਹਿਬਾ ਸਾਡੀ ਦੁੱਖ ਭਰੀ ਕਹਾਣੀ ਦੁਆ ਕਰ ਕਰ ਕਰੋ ਦੁਆ ਕਰੋ ਇਹਦਾ ਬਿਰਾ ਬਹੁਤ ਹੋ ਜਾਵੇ ਤੇਰੀ ਬਹਿਣ ਮੇਰੀ ਬੇਗਮ ਹੈ ਅਜੀ ਬੈਠ ਕੇ ਦੇ ਛੋਰੀ ਅੱਜ ਤੂੰ ਹੁਣ ਚੁੜੀਆਂ ਮਰੇ ਨਾ ਖਲੋਤ ਚੁੜੀਆਂ ਮੈਂ ਮੇਰੀ ਸਵਾਰੀ ਪਿਛਾ ਦੇ ਹੱਥ ਨਾ ਲਾਵੇ ਚੁੱਕ ਕੀ ਮਸਲਾ ਹੈ ਚੁੱਪ ਕਰ ਅ ਦੋ ਪਰ ਹੱਥ ਚੁੱਪ ਕਰ ਉਹ ਤੈਨੂੰ ਹੱਥ ਲਾਈ ਵੰਦਾ ਮੈਂ ਬਗੈਰਾ ਤਾਂ ਦਿਮਾਗ ਚੁੱਪ ਸਮਝਿਆ ਕਰ ਕੀ ਸਮਝਾ ਇਹ ਤੂੰ ਸਮਝਾ ਮੈਂ ਖਬਰ ਕਰ ਹੁਣ ਤੇਰੀ ਬਹਿਣ ਨੂੰ ਹੱਥ ਲਾਵੇ ਆ ਜਾ ਦਿੱਤੀ ਆ ਜਾ ਪਿਛਾ ਕੇ ਦਾ ਚੁੱਲ ਚੁੜੀਆਂ ਮਰੇ ਨਾ ਕੋਲੇ ਭੌਰੀਆ ਇਹ ਚੁੱਕ ਇਹ ਮੇਰਾ ਦੁੱਲਾ ਹੈ ਇਹ ਗੱਭਰੂ ਹੈ ਮੇਰਾ ਹਾਂ ਤੇਰਾ ਗੱਭਰੂ ਮੈਂ ਗੱਭਰੂ ਹੱਥ ਲੈ ਲੈ ਮੈਂ ਗੱਭਰੂ ਕੋਈ ਨਹੀਂ ਤੁਮਾ ਸ਼ਬ ਨਹੀਂ ਖਲੋਤੀ ਹੈ ਉਹ ਤੂੰ ਇਹ ਚਾਹਦਾ ਕੀ ਹੈ ਪਰ ਉਹ ਕਲੋ ਇਹਨੂੰ ਤੂੰ ਕਿਉਂ ਲਾਇਆ ਤੇ ਕੋਈ ਨਾ ਠਰਕੀ ਠਰਕੇ ਬਣਾ ਲੈ ਕੀ ਗੱਲ ਹੈ ਤੇਰੀ ਜ਼ਬਾਨੀ ਹੈ ਕਿਹੜੀ ਜ਼ਬਾਨੀ ਆ ਤੇਰੀ ਭੈਣ ਉਹ ਤਾਂ ਤੇ ਦਿੱਤੀ ਹੈ ਇਮਾਨਦਾਰੀ ਕਰ ਦੂ ਤੇ ਠਰਕਾ ਬਣਾ ਨਾ ਕਰੋ ਮਾ ਚਾ ਬਣਾ ਬਗੈਰਾ ਤੇ ਮੈਂ ਹੱਥ ਨਾ ਮੈਂ ਪੀਆ ਹੁਣ ਪਰ ਰੱਖ ਇਹਦੀ ਸਮਝ ਚ ਕੋਈ ਨਹੀਂ ਆਉਂਦੀ ਅਜਾ ਤੂੰ ਪਰ ਰੱਖ ਓਏ ਮੇਰੇ ਨਿਕਾਹ ਚ ਮੈਂ ਇਹਦੇ ਨਾਲ ਨਿਕਾਹ ਕੀਤਾ ਲਾਤੀ ਆ ਨਿਕਾਹ ਕੀਤਾ ਮੈਂ ਨਿਕਾਹ ਕੀਤਾ ਨਿਕਾਹ ਕੀਤਾ ਦੇ ਨਾਲ ਨਿਕਾਹ ਹੋ ਜਾ ਬੋਲ ਛੇੜੀ
ਵੀਰਾ ਓ ਮੈਨੂੰ ਕਿਹੜੇ ਘਰ ਪਰ ਨਾ ਛੱਡੇ ਨੇ ਓਏ ਮੇਰਾ ਲੱਤ ਛਿੱਕੀ ਜਾਂਦਾ ਨਿਕਾਹ ਹੋ ਗਈ ਹੈ, ਸ਼ਾਦੀ ਹੋ ਗਈ, ਹੁਣ ਹੱਥ ਲਾ ਸਕਦਾ ਹੈ। ਗੁਲਾਮ ਸ਼ਬੀਰ ਇਹਨੂੰ ਸਮਝਾ ਯਾਰ, ਮੇਰੇ ਕੋਲ ਸਹਿਨ ਹੋ ਜਾਵੇ। ਇਹਨੂੰ ਸਮਝਾ ਬਿਜਲੀ ਗੱਲ ਦੱਸ ਛੋੜ, ਦੱਸ ਛੋੜ ਬਿਜਲੀ ਗੱਲ ਜੋ ਮੇਰੀ ਕੀ ਨਜ਼ਰੀ ਮੇਰੀ ਗੱਲ ਸੁਣ, ਮੇਰਾ ਇਹਦੇ ਨਾਲ ਨਿਕਾਹ ਹੋਇਆ ਹੈ, ਇਹ ਮੇਰਾ ਬੰਦਾ ਹੈ। ਉਹ ਮੈਨੂੰ ਪਤਾ ਹੈ ਤੇਰਾ ਨਿਕਾਹ ਹੋਇਆ, ਲੇਕਿਨ ਇਹ ਤੇਰਾ ਹੱਥ ਕਿਉਂ ਫੜਿਆ? ਮੈਂ ਬਗੈਰਾ ਤਾਂ ਸਵਾਰੀ ਆ, ਹੱਥ ਫੜਦਾ, ਹੱਥ ਫੜਦਾ, ਕੰਨ ਫੜਦਾ, ਨੱਕ ਫੜਦਾ ਮੇਰੀ ਸਵਾਰੀ। ਤੂੰ ਮੇਰੀ ਭੈਣ ਦਾ ਕੰਨ ਫੜਿਆ ਸੇ, ਤੂੰ ਬਾਤ ਕਰੇ ਮਾਂ ਤੈਨੂੰ ਮਰਾ ਸਹਿ ਜਾਈ। ਗੁਲਾਬ ਸ਼ਬੀਰ ਜੀ, ਇਹਨੂੰ ਅਹੀਂ ਲੈ ਜਾ, ਹਾਂ ਤੇ ਮਾਂ ਤੇਰੀ ਲਾਸ਼ ਕੱਲ ਚੋਲਣੀ ਹੈ, ਤੂੰ ਹੱਥ ਲਾ ਮੇਰੇ ਬਾਹਰ। ਇਹ ਤਾਂ ਇਹ ਸਾਰਾ ਟਬੋਰੀ ਕਮਲਿਆਂ ਦਾ ਬਾਹਰ। ਚੁੱਚੇ ਕਿਉਂ? ਮੇਰੀ ਗੱਲ ਸੁਣ, ਮੇਰਾ ਪੁੱਤਰ ਲੜਨਾ ਨਹੀਂ, ਠੀਕ ਹੈ? ਚੱਲ ਆਪਾਂ ਕਮਰੇ ਜਾ ਕੇ ਤੈਨੂੰ ਮੈਂ ਮਠਾਈ ਖਵਾਵਾਂ। ਗੱਲ ਤੇ ਕੀਤੀ ਹੈ ਮੇਰੀ ਭੈਣ, ਚੱਲ ਚੱਲ ਲੜਦਾ ਬਈ, ਠਰਕੀ ਮਠਿਆਈ ਕਮ ਨੇ ਆਏਗਾ, ਚੱਲ ਮਠਿਆਈ ਬਾਹਰ ਦੀ ਕਮ ਨਾ ਤੇ ਕਾ ਚੱਲ ਚੱਲ ਆ ਜਾ ਆ ਜਾ। ਬੇਗਮ ਸਾਹਿਬਾ, ਕਿੰਨੀ ਖੂਬਸੂਰਤ ਹੈ ਬੇਗਮ ਸਾਹਿਬਾ, ਆਹ ਕੀ ਚਬਲ ਮਾਰ ਰਹੀ ਹੈ ਜਿਹੜਾ ਨਾਲ ਲਾਇਆ ਤੇ? ਮੈਂ ਕੀ ਕਰਾਂ, ਮੇਰੀ ਮਜਬੂਰੀ ਹੈ, ਇਹ ਇਕੱਲਾ ਨਹੀਂ ਸੌਂਦਾ, ਇਹ ਮੇਰੇ ਨਾਲ ਹੀ ਸੌਂਦਾ ਹੈ। ਤੇ ਮੈਂ ਮਨਜ਼ੂਰ ਕੱਟਿਆ, ਮੇਰੀ ਮਜਬੂਰੀ ਨੂੰ ਸਮਝ, ਇਹ ਮੁੰਡਾ ਮੇਰੀ ਮਜਬੂਰੀ ਹੈ, ਇਹ ਮੈਨੂੰ ਮਾਂ ਕਹਿੰਦਾ ਹੈ, ਇਹ ਮੇਰੇ ਨਾਲ ਹੀ ਸੌਂਦਾ ਹੈ, ਮੇਰੇ ਤੋਂ ਬਗੈਰ ਕਿਤੇ ਵੀ ਨਹੀਂ ਸੌਂਦਾ। ਬੇਗਮ ਸਾਹਿਬਾ, ਕੁਝ ਮੇਰੀ ਸੋਚੋ, ਮੈਂ ਕਿੱਥੇ ਸਵਾਂ? ਤੁਸੀਂ ਦੂਸਰੇ ਕਮਰੇ ਵਿੱਚ ਸੌਂ ਜਾਓ। ਬੇਗਮ, ਅਸੀਂ ਤੂੰ ਤੇ ਮੈਂ ਇਕੱਠੇ ਜ਼ਿੰਦਗੀ ਗੁਜ਼ਾਰਨੀ ਤੇ ਜ਼ਿੰਦਗੀ ਦਾ ਮਜ਼ਾ ਆਵੇਗਾ, ਇਸ ਮਨੁੱਖ ਨੂੰ ਤੂੰ ਕਿੱਥੇ ਲੈ ਜਾਂਦਾ ਇੱਥੇ? ਤੂੰ ਬੜਾ ਗਲਤ ਕੰਮ ਕੀਤਾ। ਓ ਦਾਤਾ ਪਰ ਚੱਲ ਪਰ ਕੀ ਪਰ ਤੈਨੂੰ ਖਾਇਰ ਜਿਹੜਾ ਮਿਲੋ ਮਿਠਾਈ ਨੂੰ ਕਰ ਮਿਠਾਈ ਆ ਚੰਗੀ ਨਹੀਂ ਲੱਗੀ ਤੇ ਜਾ ਕੇ ਦੁੱਧ ਪੀ ਨਾ। ਮੈਂ ਨਹੀਂ ਸਮਝ ਜੇ ਮੈਂ ਮਿਠਾਈ ਤੇ ਕੱਲਾ ਕਿਵੇਂ ਖਾਵਾਂ? ਅਯਾ ਖਾ ਲਾ ਜਾ ਕੇ ਨਾ ਕੀ ਤੇ ਨਾ ਮੇਰੇ ਨਾਲ ਮਨਜ਼ੂਰ ਤੱਤਾ ਮਨਜ਼ੂਰ ਦੱਤੋ ਅੰਮੀ ਪਈ ਨੀਂਦ ਤੂੰ ਜਾ ਜੀ ਤੇ ਜਾਂ ਨਹੀਂ ਚੱਲ ਆ ਜਾ। ਬੇਗਮ, ਹਾਂਜੀ, ਇਹ ਕੰਮ ਤਾਂ ਤੇਰਾ ਬਿਲਕੁਲ ਸਹੀ ਨਹੀਂ ਖੜਾ, ਇਹਨੂੰ ਵੇਖਿਆ ਪੜਾ।
ਮੈਂ ਮਨੀ ਦੇ ਨਾਲ ਹੀ ਕੋਲ ਜਾ ਸਕਦਾ।